ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਔਰ ਨੰਬਰ ਮਿਲਾਏ ਜਾ ਰਹੇ ਨੋਟਾਂ ਦੇ ਨਾਲ 20,000 ਰੁਪਇਆ ਉਹਨਾਂ ਦੀ ਜੇਬ ਦੇ ਵਿੱਚੋਂ ਕੱਢਿਆ ਗਿਆ। ਨੰਬਰ ਬੋਲਿਓ ਜੀ, ਪੈਸੇ ਗਿਣੋ, ਪੈਸੇ ਗਿਣੋ, ਪੈਸੇ ਗਿਣੋ। ਕੱਢੋ ਬਾਈ ਜੀ, ਕੱਢੋ ਪੈਸੇ, ਕੱਢੋ ਜੇਬ ਚੋਂ, ਅਸੀਂ ਜਾਈਏ ਮੁੜ ਕੇ, ਅਸੀਂ ਵੀ ਕੰਮ ਨਿਬੜ ਗਿਆ ਤਾਂ। ਪੈਸੇ ਗਿਣੋ, ਚੈੱਕ ਕਰ ਲਓ ਜੀ, ਨੋਟ ਮਿਲਾ ਲਓ, ਨੋਟ ਚੈੱਕ ਕਰੋ, ਨੋਟ ਚੈੱਕ ਕਰਿਓ ਜੀ ਪ੍ਰਧਾਨ ਜੀ, ਨੋਟ ਗਿਣਤੀ ਮਿਲਾਓ ਕਰਾਂ ਜੀ ਪ੍ਰਧਾਨ ਜੀ। ਨੰਬਰ ਬੋਲਿਓ ਤੁਹਾਡੇ ਸਾਹਮਣੇ, ਨੰਬਰ ਮਿਲਾਏ ਜਾ ਰਹੇ ਆ, ਨੰਬਰ ਮਿਲਾਏ ਜਾ ਰਹੇ ਆ, ਦੇਖੋ ਜੇਬ ਚ ਮੇਰੇ 240 ਰਿਕਾਰਡਿੰਗਾਂ ਸਾਡੇ ਕੋਲੇ, ਰਿਕਾਰਡਿੰਗਾਂ ਤੁਹਾਡੇ ਸਾਹਮਣੇ ਇੱਥੇ ਸਬ ਇੰਸਪੈਕਟਰ ਨੂੰ ਰਿਸ਼ਵਤ ਲੈਂਦੇ ਹੋਏ ਫੜਿਆ ਗਿਆ ਔਰ ਨੰਬਰ ਮਿਲਾਏ ਜਾ ਰਹੇ ਨੋਟਾਂ ਦੇ ਨਾਲ 20,000 ਰੁਪਇਆ ਉਹਨਾਂ ਦੀ ਜੇਬ ਦੇ ਵਿੱਚੋਂ ਕੱਢਿਆ ਗਿਆ। ਤੁਸੀਂ ਦੇਖ ਰਹਿ ਸਕਦੇ ਹੋ, ਲਾਈਵ ਤਸਵੀਰਾਂ ਚੱਲ ਰਹੀਆਂ ਨੇ ਥਾਣਾ ਬਾਘਾ ਪੁਰਾਣਾ ਦੀਆਂ। ASI ਜਗਨਦੀਪ ਸਿੰਘ ਜੀ ਆਏ ਉਹਨਾਂ ਦੇ ਕੋਲੋਂ, ਕੰਮ ਕਰਨ ਦੀ ਰਿਸ਼ਵਤ ਲਈ ਗਈ ਸੀ ਉਹਦੇ,
ਪ੍ਰਧਾਨ ਜੀ ਜਿਹੜੀ ਇਹ ਰਿਸ਼ਵਤ ਲਈ ਗਈ ਸੀ ਉਹ ਕਾਹਦੇ ਵਾਸਤੇ ਦਿੱਤੀ ਗਈ ਸੀ ਇਹਨਾਂ ਨੂੰ ਦੱਸਿਓ ਮੜਾ ਜਿਹਾ ਬੋਲ ਕੇ ਕਿਹੜੇ ਕੇਸ ਦੇ ਵਿੱਚ ਚੱਕ ਕੇ ਲਿਆਂਦਾ ਗਿਆ ਦੱਸੋ ਕਿਹੜੇ ਪਿੰਡ ਤੋਂ ਤੁਸੀਂ ਹੋ ਹਾਂਜੀ ਕੀ ਚਿੱਟਾ ਉਹਨਾਂ ਤੋਂ ਬਰਾਮਦ ਹੋਇਆ ਜਾਂ ਨਜਾਇਜ਼ ਕੀਤਾ ਗਿਆ ਗੱਡੀ ਵੀ ਉਧਰ ਖੜੀ ਆ ਠੀਕ ਹੈ ਜੀ ਗੱਡੀ ਦੇ ਪੈਸੇ 50,000 ਰੁਪਇਆ ਮੰਗ ਰਹੇ ਚੱਡਾ ਠੀਕ ਹੈ ਜੀ ਹਾਂਜੀ ਤੇ ਪਹਿਲਾਂ ਉਦੋਂ ਪਹਿਲਾਂ ਮੇਰੇ ਤੋਂ ਮਹਿਣੇ ਲਿਆ ਇਹਨਾਂ ਨੇ 100,000 ਰੁਪਇਆ ਠੀਕ ਹੈ ਜੀ ਮਹਿਣੇ ਨੂੰ ਜਿਹੜੇ ਕੇਸ ਫੇਰ ਪਾਇਆ ਜੀ 5 ਗ੍ਰਾਮਾਂ ਦਾ ਹਾਂਜੀ ਨਜਾਇਜ਼ ਧੱਕੇ ਦੇ ਧੱਕਾ ਕਰੀ ਉਹ ਜਿਹੜੇ ਵੇਚਦੇ ਆ ਉਹਨਾਂ ਨੇ ਫੜਦੇ ਜੀ ਨਾ ਛਡਾਉਣਾ ਚਾਹੁੰਦੇ ਆ ਹਾਂਜੀ ਉਹ ਛੱਡਣ ਨਹੀਂ ਦਿੰਦੇ ਜੀ ਠੀਕ ਹੈ ਜੀ ਉਹ ਮੈਂ ਮੇਰੇ ਧੱਕਾ ਆਉਂਦੇ ਮੁੜ ਕੇ ਮੈਂ ਸਾਰੇ ਜਿਹੜਾ ਤੁਸੀਂ ਅੱਜ ਇਹਨਾਂ ਤੋਂ 20,000 ਰੁਪਇਆ ਬਰਾਮਦ ਹੋਇਆ ਜੇ ਐਸਆਈ ਜਗਨਦੀਪ ਸਿੰਘ ਕੋਲੋਂ ਇਹ ਤੁਸੀਂ ਕਦੋਂ ਦੇ ਕੇ ਗਏ ਹੋ ਇਹਨਾਂ ਨੂੰ ਹੁਣੇ ਦਿੱਤਾ ਜੀ ਹੁਣੇ ਹੁਣ ਇਹਨਾਂ ਦਾ ਮੁੰਡਾ ਫੇਰ ਚੱਕ ਲਿਆ 5 ਮਿੰਟ ਤੋਂ ਪਹਿਲਾਂ ਦਿੱਤਾ ਅੰਦਰ ਪਰਚਾ ਪਾਇਆ ਪਿਆ ਮੁੰਡੇ ਤੇ ਇੱਥੇ ਥਾਣੇ ਉਹਦੇ ਕੁੱਟ ਪੈਂਦੀ ਆ ਕੌਣ ਜ਼ਿੰਮੇਵਾਰ ਆ 50,000 ਦੇ ਦਿਓ ਨਹੀਂ ਜਾ ਇਹ ਪਰਚੇ ਬਾਈ ਉਹ ਟੋਕੀ ਹੁੰਦੇ 2 ਲੱਖ ਦੇ ਦਿਓ ਕਹਿੰਦੇ ਮੇਰੀ ਗੱਡੀ ਉਧਰ ਖੜੀ ਆ ਮੇਰੇ ਮੋਟਰ ਦੀ ਆਸੀ ਲਈ ਬੈਠੇ ਸਾਰੇ 190 ਜਿੰਨੀਆਂ ਪਾਈਆਂ ਗੋਲੀਆਂ ਪਾ ਗੋਲੀਆਂ ਪਾ ਦਗਾ ਜੀ ਹਾਲ ਕੇ ਮੈਂ ਕੱਲ ਮੁੰਡੇ ਨਾਲ ਜਦੋਂ ਇਹਨਾਂ ਨੇ ਫੋਨ ਤੇ ਗੱਲ ਕੀਤੀ ਮੈਂ ਕੋਲੇ ਖੜਾ ਸੀ ਮੁੰਡੇ ਨੂੰ ਪੁੱਛਿਆ ਗਿਆ ਵੀ ਤੇਰੇ ਕੋਲੋਂ ਕੀ ਫੜਿਆ ਗਿਆ ਉਹ ਕਹਿੰਦਾ ਜੀ ਪਤਾ ਨਹੀਂ ਗੋਲੀਆਂ ਦੱਸਦੇ ਪਤਾ ਨਹੀਂ ਕਿਹੜੀਆਂ ਉਹ ਵੀ ਰਿਕਾਰਡਿੰਗ ਮੇਰੇ ਕੋਲੇ ਆ ਜਿਹੜੀ ਇਹਨੇ ਹੁਣੇ ਗੱਲ ਕੀਤੀ ਆ ਵੀ ਆ ਜਾਓ ਥਾਣੇ 'ਚ ਪੈਸੇ ਲੈ ਕੇ ਉਹ ਰਿਕਾਰਡਿੰਗ ਵੀ ਮੇਰੇ ਕੋਲੇ ਆ ਜਿਹੜੀ ਇਹਨੇ ਕੱਲ੍ਹ ਗੱਲ ਕੀਤੀ ਆ ਵੀ 20,000 ਰੁਪਇਆ ਲੈ ਕੇ ਆਓ 10,000 ਐਸਐਚ ਨੂੰ ਹੁਣੇ ਦੇਣਾ ਉਹ ਰਿਕਾਰਡਿੰਗ ਦੂਜਾ ਵੀ ਗੋਲੀਆਂ ਪਾ ਦਿੰਦੇ ਚਿੱਟਾ ਨਹੀਂ ਪਾਉਂਦੇ ਕਿਉਂਕਿ ਅੱਜ ਕੱਲ੍ਹ ਪੁਲਿਸ ਦੇ ਹੱਥ 'ਚ ਪਾਵਰ ਆ ਨਾ ਇਹ ਚਿੱਟਾ ਵੀ ਪਾ ਸਕਦੇ ਉਹ ਕਹਿੰਦੇ ਚਿੱਟਾ ਰਹਿਣ ਦਿੰਦੇ ਪਾਉਣ ਨੂੰ ਗੋਲੀਆਂ ਪਾ ਦਿੰਦੇ ਮਹੀਨੇ ਕੁ ਬਾਅਦ ਫਿਰ ਬਾਹਰ ਆ ਜੀ ਕਿਉਂ ਆਪਣੀ ਦੁਕਾਨਦਾਰੀ ਫਿਰ ਚੱਲ ਪੂਗੀ ਪਹਿਲੀ ਰਿਕਾਰਡ ਗਿਆ ਕਿ ਚਿੱਟਾ 5 ਮਰਾਂ ਪਾ ਦਿਆਂਗੇ ਤੇ ਤੂੰ ਸਾਡੇ ਕੋਲ ਆ ਜਾ ਪੈਸੇ ਲੈ ਕੇ ਤੇ ਮਤਲਬ ਵੀ ਜਿਹੜੇ 5 ਗ੍ਰਾਮ ਸਣੇ ਹੁਣ ਪੀਬੀ 69 ਵਟਸਐਪ ਤੇ ਗੱਲ ਕਰੇ ਕਹਿ ਰਹੇ ਵਟਸਐਪ ਤੇ ਗੱਲ ਕਰ ਇੱਕ ਮਿੰਟ ਨਵਿੰਦਰ ਸਿੰਘ ਪੀਬੀ 69 ਸੀ 61-83 ਗੱਡੀ ਇਹਨਾਂ ਦੇ ਘਰੋਂ ਚੱਕ ਕੇ ਲਿਆਏ ਆ ਇਹ ਉਹਦੀਆਂ ਰਿਕਾਰਡਿੰਗਾਂ ਵੀ ਸਾਡੇ ਕੋਲੇ ਆਪਾਂ ਗੱਡੀ ਨੂੰ ਉਹ ਗੱਡੀ ਹੁਣ ਉਧਰ ਲਾਈ ਹੋਈ ਹੈ ਸੀਆਈ ਸਟਾਫ ਦੇ ਵਿੱਚ ਗੱਡੀ ਕਿਹੜੇ ਕੰਮ ਨੂੰ ਲਾਈ ਆ ਵੀ ਰੁਪਈਆ 50,000 ਦੇ ਦਿਓ ਗੱਡੀ ਲੈ ਜਾਓ ਅਸੀਂ ਵਿੱਚ ਨਹੀਂ ਪਾਉਂਦੇ ਯਾਰ ਕਿੱਡੀ ਗੁੰਡਾ ਕਰਦੀ ਹੈ ਅਸੀਂ ਵੀ ਇਸ ਨਸ਼ੇ ਦੇ ਖਿਲਾਫ ਆ ਅਸੀਂ ਚਾਹੁੰਦੇ ਨਸ਼ਾ ਬੰਦ ਹੋਵੇ ਪਰ ਨਸ਼ੇ ਦੇ ਉੱਤੇ ਜੇ ਵਪਾਰ ਹੋਊਗਾ ਤਾਂ ਗੜਬੜ ਹੋਊਗੀ ਇੱਥੇ ਐਸਐਚਓ ਨਾਲ ਨਸ਼ੇ ਦੇ ਉੱਤੇ ਵਪਾਰ ਪੁਲਿਸ ਕਹਿੰਦੀ ਆ ਜੇ ਪੈਸੇ ਦੇ ਦਿਓਗੇ ਤਾਂ ਗੋਲੀਆਂ ਪੈ ਜਾਣਗੀਆਂ ਜੇ ਪੈਸੇ ਨਹੀਂ ਦਿਓਗੇ ਤਾਂ ਚਿੱਟਾ ਪਊਗਾ ਇਹ ਬਾਘੇ ਪੁਰਾਣੇ ਥਾਣੇ ਦੀ ਗੱਲ ਹੈ ਮੈਨੂੰ ਸਮਝ ਨਹੀਂ ਆਉਂਦੀ ਸ਼ਰੇਆਮ ਇਹਨਾਂ ਨੂੰ ਪਤਾ ਵੀ ਲੋਕ ਇਨਸਾਫ ਪਾਰਟੀ ਪੂਰੇ ਜ਼ਿਲ੍ਹੇ 'ਚ ਕੰਮ ਕਰਦੀ ਲੁਧਿਆਣੇ ਤੋਂ ਬਾਅਦ ਅਸੀਂ ਇਹ ਕੁੱਤੇ ਕੰਮ ਛੱਡ ਦਈਏ ਇਦੋਂ ਪਹਿਲਾਂ ਅਸੀਂ ਇੱਕ ਬਿਲਾਸਪੁਰ ਇਹਨਾਂ ਦਾ ਬੰਦਾ ਫੜਿਆ ਉਹ ਛੱਡਤਾ ਉਦੋਂ ਬਾਅਦ ਅਸੀਂ ਇੱਕ ਧਰਮਕੋਟ ਫੜਿਆ 10,000 ਰਿਸ਼ਵਤ ਲੈਂਦਾ ਅੱਜ ਇਹ 20,000 ਲਈ ਜਾਂਦਾ ਇਹਨਾਂ ਨੂੰ ਘਟਣਾ ਚਾਹੀਦਾ ਕਿ ਵਧਣਾ ਚਾਹੀਦਾ ਪਹਿਲੀ ਤਾਂ ਇਹ ਸੋਚਣ ਵਾਲੀ ਗੱਲ ਹੈ ਦੂਜੀ ਇਹ ਜਿਹੜੀ ਇਹ ਲੁੱਟ ਮਚਾਈ ਹੈ ਕੈਪਟਨ ਅਮਰਿੰਦਰ ਸਿੰਘ ਬਾਦੀਆਂ 'ਚ ਬੈਠਾ ਹਿਮਾਚਲ ਦੀਆਂ ਵਿੱਚ ਉਹਨੂੰ ਫਿਕਰ ਨਹੀਂ ਹੈ ਕੋਈ ਅਤੇ ਜਿਹੜਾ ਨਵਾਂ ਇਹਨਾਂ ਨੇ ਡੁਗਡੁਗੀ ਵਾਲਾ ਪ੍ਰਧਾਨ ਉਹ ਡੁਗਡੁਗੀ ਵਜਾਉਂਦਾ ਫਿਰਦਾ ਅਤੇ ਪੁਲਿਸ ਨੇ ਲੁੱਟ ਮਚਾ ਰੱਖੀ ਹੈ ਆ ਜਿਹੜੀ ਲੁੱਟ ਮਚੀ ਆ ਤੁਹਾਡੇ ਸਾਹਮਣੇ ਆ ਮੇਰੀ ਗੱਲ ਸੁਣ ਉਹਦੇ ਜਗਨਦੀਪ ਜੀ ਉਹਦੇ ਜਗਨਦੀਪ ਜੀ ਤੁਹਾਡੇ ਕੋਲ 20,000 ਰੁਪਇਆ ਬਰਾਮਦ ਕੀਤਾ ਗਿਆ ਇਹਨਾਂ ਨੇ ਨੋਟ ਦਿਖਾਏ ਗਏ ਤੁਹਾਡੀ ਜੇਬ ਚੋਂ ਕੱਢਿਆ ਗਿਆ ਕੈਮਰੇ ਸਾਹਮਣੇ ਕੀ ਕਹੋਗੇ ਕਿ ਕਾਹਦੀ 20,000 ਰੁਪਇਆ ਤੁਸੀਂ ਕਿਉਂ ਲਿਆਈ ਮੈਂ ਨਹੀਂ ਲਏ ਜੀ ਪੈਸੇ ਸਰ ਜੇਬ ਦੇ ਵਿੱਚ ਤੁਹਾਡੀ ਦੇ ਵਿੱਚ ਪੈਸੇ ਕਿੱਦਾਂ ਆਏ ਜਿਹੜੇ ਤੁਸੀਂ ਪੈਸੇ ਇਹਨਾਂ ਨੇ ਤੁਹਾਡੀ ਜੇਬ ਦੇ ਵਿੱਚੋਂ ਕੱਢੇ ਉਹ ਪੈਸੇ ਕਿੱਦਾਂ ਆਏ ਤੇ ਇਹਨਾਂ ਦੇ ਨੰਬਰ ਨਾਲ ਨੰਬਰ ਕਿੱਦਾਂ ਮੇਲ ਹੋਏ ਮੇਰੀ ਪਿਛਲੀ ਜੇਬ 'ਚੋਂ ਪਰਸ ਕੱਢਿਆ ਬਟੂਆ ਵੀ ਨਾਲ ਆਇਆ ਨਾ ਬਟੂਆ ਵੀ ਨਾਲ ਆਇਆ ਸਰ ਤੁਹਾਡਾ ਪਰਸ ਦੇ ਨਾਲ ਹੀ ਤੁਹਾਡਾ ਸਰ ਬਟੂਆ ਵੀ ਨਾਲ ਆਇਆ ਤੁਹਾਡਾ ਸਰ ਬਟੂਆ ਵੀ ਨਾਲ ਆਇਆ ਤੇ ਤੁਹਾਡੀ ਜੇਬ ਦੇ ਵਿੱਚੋਂ ਨੋਟਾਂ ਦੇ ਨਾਲ ਨੰਬਰ ਜਿਹੜੇ ਮਿਲਾ ਗਏ ਕਿੱਦਾਂ ਪਏ ਹੋਏ ਜੇ ਤਾਂ ਮੰਨ ਲੇਗਾ ਤੇਰਾ ਬਚਾ ਹੋ ਜੂ ਜੇ ਨਹੀਂ ਮੰਨਣਾ ਤਾਂ ਦੇ ਲਾ ਦਿੰਦਾ ਪੈਸੇ ਕੀ ਅੱਗੇ ਦੋ ਤੇਰੇ ਫੜੇ ਸੀ ਦੋਨਾਂ ਤੇ ਰਾਇਤ ਇਸੇ ਗੱਲ 'ਚ ਹੋਈ ਸੀ ਉਹ ਮੰਨ ਗਏ ਸੀ ਆਪਣੇ ਸਭਾ ਦੇ ਵਿੱਚ ਜੇ ਮੰਨ ਜਾਏਗਾ ਆਪਦਾ ਗੁਨਾਹ ਕਬੂਲ ਕਰ ਲੇਗਾ ਤੇ ਅਸੀਂ ਆਪਦੀ ਪਾਰਟੀ ਲੈਵਲ ਤੇ ਕੁਝ ਸੋਚ ਲਾਂਗੇ ਪ੍ਰਸ਼ਾਸਨ ਨੇ ਜੋ ਕਰਨਾ ਕਰਨਾ ਜੇ ਤੂੰ ਨਹੀਂ ਮੰਨਣਾ ਫਿਰ ਜਿੱਥੋਂ ਤੱਕ ਚੱਲਣਾ ਚੱਲੀ ਭਲਾ ਹਾਈ ਕੋਰਟ ਤੱਕ ਜਾਣਾ ਪਵੇ ਤੇਰਾ ਖਿਹੜਾ ਨਹੀਂ ਛੁੱਟਦਾ ਸਿੱਧਾ ਮੰਨ ਜਾ ਵੀ ਮੇਰੇ ਤੋਂ ਗਲਤੀ ਹੋ ਗਈ
ਮੈਥੋਂ ਗਲਤੀ ਹੋ ਗਈ, ਗਾਂ ਨੂੰ ਮੈਂ ਨਹੀਂ ਕਰਦਾ, ਗਾਂ ਨੂੰ ਮੈਂ ਨਹੀਂ ਕਰਦਾ। ਦੱਸ ਦੇ ਤੂੰ ਹੁਣ ਫੈਸਲਾ ਦੇ ਦੇ ਆਪ ਹੀ, ਉਲਟਾ ਸਾਨੂੰ ਗਲਤ ਦੱਸਦਾ ਵੀ ਮੇਰੀ ਜੇਬ 'ਚ ਪਾਏ ਆ। ਆਹ ਜਿੰਨੀਆਂ ਬੱਚੀਆਂ ਬਰਬਾਦ ਹੁੰਦੀਆਂ ਨਾ, ਐਸ ਐਚ ਓ ਸਾਹਿਬ ਨਾਲ ਵੀ ਮੈਂ ਗੱਲ ਕਰੀ ਸੀ, ਉਲਟਾ ਮੈਨੂੰ ਆਹਦਾ ਤੁਸੀਂ ਨਹੀਂ ਕਹੋ, ਸਾਡੇ ਘੋਲ ਕੇ ਰੱਜ ਕੇ ਵਿਕਦਾ ਵੱਡੇ ਨਸ਼ਾ, ਰੱਜ ਕੇ ਪਤਾ ਵੀ ਆ, ਨਾਂ ਵੀ ਲਿਆ ਐਸ ਐਚ ਓ ਨੇ ਬੰਦੇ ਦਾ, ਅਤੇ ਮੈਂ ਕਿਹਾ ਉਹਨੂੰ ਤੁੰਨਣਾ ਕੀ ਨਹੀਂ ਆਉਂਦਾ ਜੀ, ਮੈਂ ਤਾਂ ਪਰਚਾ ਪਾਇਆ ਸੀ ਜਵਾਨ ਤੋਂ ਕਿ ਪਰਚੇ ਮੰਗਦੇ ਵਿੰਗੇ ਢੇਡੇ। ਚਲੋ ਵਿਸ਼ੇ 'ਤੇ ਆਓ, ਹਾਂਜੀ ਮੰਨਦੇ ਹਾਂ, ਠੀਕ ਹੈ। ਅੱਜ 12 ਵਜੇ SSP ਸਾਹਿਬ ਮੋਗਾ ਨਾਲ ਲੋਕ ਇਨਸਾਫ ਪਾਰਟੀ ਦੀ ਟੀਮ ਵੱਲੋਂ ਮਿਲ ਕੇ ਮੋਗਾ ਪੁਲਿਸ ਦੀਆਂ ਕਮੀਆਂ ਬਾਰੇ ਕੀਤਾ ਜਾਵੇਗਾ ਵਿਚਾਰ ਵਟਾਂਦਰਾ। ਪੁਲਿਸ ਵਿਚਲੇ ਗਲਤ ਅਨਸਰਾਂ ਨੂੰ ਨੱਥ ਪਾਉਣ ਦੀ ਕੀਤੀ ਜਾਵੇਗੀ ਅਪੀਲ। ਕੱਲ ਲੋਕ ਇਨਸਾਫ ਪਾਰਟੀ ਨੇ ਇੱਕ ਪੁਲਿਸ ਕਰਮਚਾਰੀ ਨੂੰ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਦਬੋਚਿਆ ਅਤੇ ਉਸਦੀ ਵੀਡੀਓ ਬਣਾਈ ਗਈ। ਰਿਸ਼ਵਤ ਦੇ ਦਿੱਤੇ ਪੈਸੇ ਕੈਮਰੇ ਸਾਹਮਣੇ ਕਢਵਾ ਕੇ ਗਿਣੇ। ਲੋਕ ਇਨਸਾਫ ਪਾਰਟੀ ਦੇ ਜ਼ਿਲ੍ਹਾ ਪ੍ਰਧਾਨ ਜਗਮੋਹਨ ਸਿੰਘ ਸਮਾਧ ਭਾਈ ਨੇ ਦੱਸਿਆ ਕਿ ਪਿੰਡ ਕੋਟਲਾ ਮਿਹਰ ਸਿੰਘ ਵਾਲਾ ਦੇ ਮਨਦੀਪ ਸਿੰਘ ਤੇ 6 ਮਹੀਨੇ ਪਹਿਲਾਂ ਨਸ਼ਾ ਵੇਚਣ ਦਾ ਪਰਚਾ ਦਰਜ ਹੋਇਆ ਸੀ। ਹੁਣ CIA ਸਟਾਫ ਬਾਘਾ ਪੁਰਾਣਾ ਦੇ ਪੁਲਿਸ ਕਰਮਚਾਰੀ ਉਸਦੀ ਸਵਿਫਟ ਕਾਰ ਲੈ ਆਇਆ ਤੇ ਕਾਰ ਆਪਣੇ ਕਬਜ਼ੇ ਵਿੱਚ ਕਰਕੇ ਉਸਦੇ 190 ਨਸ਼ੇ ਦੀਆਂ ਗੋਲੀਆਂ ਦਾ ਪਰਚਾ ਦਰਜ ਕੀਤਾ ਗਿਆ ਤੇ ਕਾਰ ਛੱਡਣ ਤੇ 50,000 ਰੁਪਏ ਮੰਗੇ ਗਏ। ਦੂਸਰੇ ਪਾਸੇ ਪੁਲਿਸ ਸਟੇਸ਼ਨ ਦੇ SI ਜਗਨਪ੍ਰੀਤ ਸਿੰਘ ਨੇ 20,000 ਰੁਪਏ ਮੰਗੇ ਸੀ ਤਾਂ ਜੋ ਉਸਤੇ ਛੋਟਾ ਕੇਸ ਪਾਇਆ ਜਾ ਸਕੇ ਅਤੇ ਉਹ 1 ਮਹੀਨੇ ਬਾਅਦ ਬਰੀ ਹੋ ਕੇ ਘਰ ਆ ਸਕਦਾ ਹੈ। ਲੋਕ ਇਨਸਾਫ ਪਾਰਟੀ ਦੇ ਜਗਮੋਹਨ ਸਿੰਘ ਨੇ 20,000 ਰੁਪਏ ਦੇ ਨੋਟਾਂ ਦੀ ਫੋਟੋ ਸਟੇਟ ਕਰਵਾ ਲਈ ਅਤੇ 20,000 ਰੁਪਏ ਜਗਨਪ੍ਰੀਤ ਸਿੰਘ SI ਨੂੰ ਦੇ ਕੇ ਬਾਅਦ ਵਿੱਚ ਪੱਤਰਕਾਰਾਂ ਦੀ ਹਾਜ਼ਰੀ ਵਿੱਚ 20,000 ਰੁਪਏ ਉਸਦੀ ਜੇਬ ਵਿੱਚੋਂ ਕਢਵਾਏ ਅਤੇ ਸਾਰੇ ਨੰਬਰ ਨਾਲ ਮਿਲਾ ਕੇ ਨੰਬਰ ਨੋਟ ਕੀਤੇ। ਉਹਨਾਂ ਦੱਸਿਆ ਕਿ ਉਸ ਤੋਂ ਬਾਅਦ ਅਸੀਂ CIA ਸਟਾਫ ਗਏ ਤਾਂ ਉੱਥੇ ਰੌਲਾ ਸੁਣ ਕੇ ਸਾਰੇ ਕਰਮਚਾਰੀ ਗਾਇਬ ਹੋ ਗਏ ਸਨ ਕਿਉਂਕਿ CIA ਸਟਾਫ ਦੇ ਅਧਿਕਾਰੀ ਨੇ ਮਨਦੀਪ ਸਿੰਘ ਦੀ ਕਾਰ ਰਿਸ਼ਵਤ ਲੈਣ ਲਈ ਆਪਣੇ ਕਬਜ਼ੇ ਵਿੱਚ ਕਰ ਰੱਖੀ ਸੀ। ਸਿਰਫ ਉੱਥੇ ਚੌਕੀਦਾਰ ਹੀ ਮੌਜੂਦ ਸੀ। ਸਾਡੀ ਹੁਣ ਮੰਗ ਹੈ ਕਿ ਮਨਦੀਪ ਸਿੰਘ ਦੀ ਕਾਰ ਕਿਉਂ ਰੱਖੀ ਗਈ ਹੈ। ਲੋਕ ਇਨਸਾਫ ਪਾਰਟੀ ਦੇ ਆਗੂ ਜਸਵਿੰਦਰ ਸਿੰਘ ਕਾਕਾ ਨੇ ਇਸ ਮੌਕੇ ਕਿਹਾ ਕਿ ਲੋਕ ਇਨਸਾਫ ਪਾਰਟੀ ਕਰਪਟ ਅਫਸਰਾਂ ਵਿਰੁੱਧ ਸੰਘਰਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ, ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਵਾਲੇ ਖਾਮੋਸ਼ ਹਨ, ਜਦੋਂ ਕਿ ਉਹਨਾਂ ਦਾ ਵੀ ਬਰਾਬਰ ਦਾ ਹੱਕ ਬਣਦਾ ਹੈ ਕਿ ਰਿਸ਼ਵਤਖੋਰੀ ਵਿਰੁੱਧ ਆਵਾਜ਼ ਬੁਲੰਦ ਕਰਨ। ਬਾਘਾ ਪੁਰਾਣਾ ਮੋਗਾ ਤੋਂ ਜਸਵਿੰਦਰ ਸਿੰਘ ਸਿੱਧੂ ਦੀ ਰਿਪੋਰਟ।